ਹੁਣ ਅਸੀਂ ਆਏ ਹਾਂ ਅਸ਼ਵਨੀ ਕੁਮਾਰ ਜੀ ਕੋਲ ਲੈ ਕੇ ਚਾਨਣ ਹੋਜਰੀ ਵਾਲਿਆਂ ਕੋਲ ਤਾਂ ਅਸੀਂ ਇਹਨਾਂ ਕੋਲ ਵਿਚਾਰ ਜਾਣਨਾ ਚਾਹਾਂਗੇ ਐਗਜ਼ੀਬਿਸ਼ਨ ਬਾਰੇ ਕੁਝ ਕਹਿਣਾ ਚਾਹੋ ਸਰ ਕਿੰਨੇ ਸਾਲਾਂ ਤੋਂ ਪਾਰਟਿਸਿਪੇਟ ਕਰ ਰਹੇ ਹੋ ਮੈਂ 2 ਸਾਲ ਤੋਂ ਕਰ ਰਿਹਾ ਜੀ ਔਰ ਅੱਛਾ ਪਲੇਟਫਾਰਮ ਹੈ ਇਹ ਸਾਰੇ ਕਸਟਮਰ ਦਿੱਲੀ ਵਗੈਰਾ ਯੂਪੀ ਵਗੈਰਾ ਲੋਕਲ ਟ੍ਰੇਡ ਸਭ ਇੱਕ ਪਲੇਟਫਾਰਮ 'ਤੇ ਆ ਜਾਂਦੇ ਆ ਔਰ ਜਿਵੇਂ ਅੱਗੇ ਸਾਡੇ ਕੋਲ ਕੋਈ ਕਸਟਮਰ ਫੈਕਟਰੀ ਕੋਈ ਆ ਰਿਹਾ ਕੋਈ ਆ ਰਿਹਾ ਇੱਥੇ ਆ ਕੇ ਸਾਰੇ ਕਸਟਮਰ ਨੂੰ ਸਭ ਕੁਛ ਇੱਕ ਛੱਤ ਥੱਲੇ ਮਿਲ ਜਾਂਦਾ ਵਾ ਔਰ ਈਜ਼ੀ ਸਾਡੇ ਵਾਲੇ ਵਾਸਤੇ ਵੀ ਉਹਨਾਂ ਵਾਸਤੇ ਵੀ ਈਜ਼ੀ ਹੈ ਅੱਛਾ ਪਲੇਟਫਾਰਮ ਆ ਅੱਛਾ ਕਰ ਰਿਹਾ ਡਾਵਰ ਸਾਹਿਬ ਔਰ ਤੀਕ ਸਾਹਿਬ ਅੱਛਾ ਕਰ ਰਿਹਾ ਬਹੁਤ ਬਹੁਤ ਅੱਛਾ ਲੱਗਿਆ ਜੀ ਤੁਸੀਂ ਕੁਛ ਆਪਣੀ ਰਾਏ ਪ੍ਰਗਟ ਕਰਨਾ ਚਾਹੋ ਕੁਛ ਹੋਰ ਐਡੀਸ਼ਨ ਜਿਵੇਂ ਇਹ ਕਹਿ ਰਹੇ ਨੇ ਕਿ ਅਗਲੀ ਵਾਰ ਤੋਂ ਅਸੀਂ ਕਸਟਮਰਸ ਦੇ ਰਹਿਣ ਦੇ ਲਈ ਹੋਟਲ ਵੀ ਬੁੱਕ ਕਰਾਵਾਂਗੇ ਉਹਨਾਂ ਦੀ ਆਉਣ ਜਾਣ ਦੀਆਂ ਟਿਕਟਾਂ ਵੀ ਦੇਵਾਂਗੇ ਤੁਸੀਂ ਕੋਈ ਆਪਣੀ ਉਹਦੇ ਵਿੱਚ ਕੋਈ ਰਾਏ ਦੇਣਾ ਚਾਹੋ ਜ਼ਿਆਦਾ ਅੱਛਾ ਜੀ ਹੁਣ ਇਹ ਚੀਜ਼ਾਂ ਫੈਸਿਲਿਟੀ ਕਸਟਮਰ ਨੂੰ ਦੇ ਰਹੇ ਹਾਂ ਹੁਣ ਗੋਗੀ ਸ਼ਰਮਾ ਜੀ ਹੈਗੇ ਆ ਏਜੰਟ ਆ ਯੂਪੀ ਦੇ ਉਹਨਾਂ ਨੇ ਫੈਸਿਲਿਟੀ ਦਿੱਤੀ ਹੈ ਕਸਟਮਰ ਨੂੰ ਨੈਚੁਰਲੀ ਕਸਟਮਰ ਚਾਹੁੰਦਾ ਜੀ ਸਭ ਲੋਕ ਕਰਨਗੇ ਅਸੀਂ ਇਹਨਾਂ ਦੇ ਨਾਲ ਹੀ ਬਹੁਤ ਅੱਛਾ ਲੱਗਿਆ ਜੀ ਤੁਸੀਂ ਕੋਈ ਆਪਣੇ ਪਿਛਲੇ ਐਕਸਪੀਰੀਅੰਸ ਬਾਰੇ ਰਿਟੇਲਰ ਜਾਂ ਹੋਲਸੇਲਰ ਜਾਂ ਡਿਸਟ੍ਰੀਬਿਊਟਰਸ ਨੂੰ ਮੈਸੇਜ ਕਨਵੇ ਕਰਨਾ ਚਾਹੁੰਦੇ ਹਾਂ ਬਿਲਕੁਲ ਜੀ ਜਦੋਂ ਇਹ ਐਗਜੀਬਿਸ਼ਨ ਲੱਗਦੀ ਹੈ ਔਰ ਕੋਸ਼ਿਸ਼ ਕਰਨ ਕਿ ਸਾਰੇ ਹੀ ਤਕਰੀਬਨ ਰਾਊਂਡ ਲਗਾ ਕੇ ਜਾਣ ਉਹਦੇ ਨਾਲ ਸਾਡੇ ਲੋਕਾਂ ਨੂੰ ਵੀ ਬੂਸਟ ਮਿਲ ਜਾਂਦਾ ਕਿ ਅਸੀਂ ਕੀ ਅੱਛਾ ਕਰ ਰਹੇ ਹਾਂ ਕੀ ਹਲਕਾ ਕਰ ਰਹੇ ਹਾਂ ਉਹਦੇ ਵਿੱਚ ਜੋ ਚੇਂਜ ਕਰਨ ਨੂੰ ਟਾਈਮ ਮਿਲਦਾ ਅਸੀਂ ਕਰ ਲਈਦੇ ਬਹੁਤ ਅੱਛੇ ਲੱਗੇ ਜੀ ਆਪ ਜੀ ਦੇ ਵਿਚਾਰ ਜਾਣ ਕੇ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ